ਸਾਡਾ 150 ਸਾਲ ਆ ਗੁਰਦੁਆਰਾ ਸਿੰਘ ਸਭਾ ਦੀ ਜਿਹੜੀ ਲਹਿਰ ਸੀ ਉਹਨੂੰ ਮਨਾਉਣ ਦਾ ਉਹ ਫੈਸਲਾ ਹੋਇਆ ਜਿਹਦਾ ਵੱਡਾ ਸਮਾਗਮ 1 ਅਕਤੂਬਰ 2023 ਨੂੰ 150 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਇਸ ਸਥਾਨ ਤੇ ਮਨਾਇਆ ਜਾਊਗਾ। ਇਹ ਤੋਂ ਇਲਾਵਾ देश के ਵੱਖ ਵੱਖ ਥਾਵਾਂ ਦੇ ਵਿੱਚ ਵੀ ਜਿੱਥੇ ਜਿੱਥੇ ਸਾਡੇ ਮਿਸ਼ਨ ਆ ਜਾਂ ਹੋਰ ਸਾਡੇ ਸਕੂਲ ਕਾਲਜਿਸ ਆ ਉੱਥੇ ਵੀ ਸੈਮੀਨਾਰਾਂ ਦੇ ਰੂਪਾਂ ਵਿੱਚ ਇਹ 150 ਸਾਲਾ ਸਿੰਘ ਸਭਾ ਦਾ ਜਿਹੜੀ ਸ਼ਤਾਬਦੀ ਆ ਉਹਦੇ ਜਿਹੜੇ ਇਹ ਕਾਰਜ ਅੱਜ ਆਰੰਭੇ ਆ। ਦੂਸਰਾ ਜਿਹੜਾ ਜੈਤੋਂ ਦੇ ਮੋਰਚੇ ਦੀ ਉਹਦੀ 100 ਸਾਲਾ ਸ਼ਤਾਬਦੀ ਜਿਹੜੀ ਉਹ 21 ਫਰਵਰੀ 2024 ਨੂੰ ਆ ਰਹੀ ਆ ਜਿਹਦੇ ਵਿੱਚ ਇੱਕ ਸਬ ਕਮੇਟੀ ਬਣਾਈ ਸੀ। ਉਹ ਸਬ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਆਪਣੇ ਫੈਸਲੇ ਵੀ ਲਏ ਆ। ਇਹਨਾਂ ਦੀ ਸ਼ੁਰੂਆਤ ਅਸੀਂ 13-14 ਸਤੰਬਰ ਤੋਂ ਸ਼ੁਰੂ ਕਰਾਂਗੇ 2023 ਤੋਂ, ਜਿਹਦੇ ਵਿੱਚ ਵੱਖ ਵੱਖ ਪੜਾਵਾਂ 'ਤੇ ਅਸੀਂ ਜਿਹੜੇ ਉਹਨਾਂ ਨਾਲ ਸੰਬੰਧਿਤ ਮੋਰਚਿਆਂ ਦੇ ਵਿੱਚ ਜਿਹਨੇ ਅਗਵਾਈਆਂ ਕੀਤੀਆਂ ਉਹਨਾਂ ਦੇ ਨਗਰ ਅਤੇ ਪਿੰਡ ਵੀ ਆਉਂਦੇ ਆ ਅਤੇ ਯਤਨ ਕਰਾਂਗੇ ਵੀ ਉੱਥੇ ਵੀ ਉਹਨਾਂ ਪਿੰਡਾਂ ਦੇ ਵਿੱਚ ਵੀ ਕੋਈ ਸਮਾਗਮ ਆਰੰਭੇ ਜਾਣ। ਜਾਂ ਇੱਕ ਸਾਡੀ ਰਾਏ ਇਹ ਵੀ ਬਣੀ ਅੱਜ ਕਿ ਜੈਤੋਂ ਦੇ ਮੋਰਚੇ ਦੀ ਉਹ ਪ੍ਰੰਭਤਾ ਲਈ ਪੈਦਲ ਯਾਤਰਾ ਦੇ ਰੂਪ ਦੇ ਵਿੱਚ ਨਾ ਕਹਿ ਲਈਏ, ਇੱਕ ਯਾਤਰਾ ਜਿਹੜੀ ਭਾਵੇਂ ਗੱਡੀਆਂ ਦੇ ਵਿੱਚ ਹੋਵੇ ਉਹ ਉੱਥੇ ਜੈਤੋਂ ਤੱਕ ਜਾਊਗੀ ਅਤੇ ਉਹ ਵੱਖ ਵੱਖ ਪਿੰਡਾਂ ਦੇ ਵਿੱਚ ਹੀ ਸਿੰਘ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਉਹਦੀ ਜਿਹੜੀ ਆ ਯੋਗ ਅਗਵਾਈ ਕਰਨ ਤਾਂ ਕਿ ਲੋਕਾਂ ਨੂੰ ਆਪਣਾ ਪੁਰਾਤਨ ਇਤਿਹਾਸ ਅਤੇ ਵਿਰਸੇ ਦੀ ਜਿਹੜੀ ਆ ਉਹ ਯਾਦ ਵੀ ਦਵਾਈ ਜਾ ਸਕੇ। ਤੀਸਰਾ ਜਿਹੜਾ ਇੱਕ ਸਾਡੇ ਕੋਲ ਮਹਾਰਾਜਾ ਰਿਪੂ ਦਮਨ ਸਿੰਘ ਮਹਾਰਾਜਾ ਨਾਭਾ ਜਿਹਨੇ ਉਸ ਵੇਲੇ ਦੀ ਸਰਕਾਰ ਦੀ ਈਨ ਨੇ ਮੰਨੀ ਉਹਨਾਂ ਦੀ 100 ਸਾਲਾ ਸ਼ਤਾਬਦੀ ਜਿਹੜੀ ਆ ਉਹ ਵੀ 9 ਸਤੰਬਰ 2023 ਨੂੰ SGPC ਵੱਲੋਂ ਨਾਭਾ ਵਿਖੇ ਮਨਾਉਣ ਦਾ ਉਹ ਵੀ ਅੱਜ ਅਸੀਂ ਫੈਸਲਾ ਕੀਤਾ। ਇਹ ਸਿੱਖ ਪੰਥ ਦਾ ਮੁੰਡਲਾ ਸਰਮਾਇਆ ਆ ਜਿਨ੍ਹਾਂ ਸਾਡੇ ਮਹਾਨ ਸੂਰਬੀਰ ਯੋਧਿਆਂ ਨੇ ਆਪਣੇ ਮਹਾਰਾਜੇ ਦੀ ਪਦਵੀ ਦੀ ਪਰਵਾਹ ਨਹੀਂ ਕੀਤੀ ਅਤੇ ਗੋਰਿਆਂ ਦੀ ਈਣ ਨੇ ਮੰਨੀ, ਭਾਵੇਂ ਉਹਦਾ ਖਮਿਆਜਾ ਉਹਨਾਂ ਨੂੰ ਬਹੁਤ ਵੱਡਾ ਭੁਗਤਣਾ ਪਿਆ, ਜਾਨ ਦੀ ਵੀ ਉਹਨਾਂ ਨੇ ਬਾਜ਼ੀ ਲਾ ਦਿੱਤੀ, ਸ਼ਹੀਦੀ ਪਾਈ। ਸੋ ਉਹ ਵੀ ਅਸੀਂ ਅੱਜ ਇੱਕ ਫੈਸਲਾ ਕੀਤਾ ਕਿ ਇਹ ਵੀ ਇਹਨਾਂ ਦੀ ਸ਼ਤਾਬਦੀ ਮਨਾਈ ਜਾਊਗੀ। ਦੂਸਰਾ ਇੱਕ ਜਿਹੜਾ ਆਪਣੇ ਝੂਠੇ ਸਾਧ ਵਾਲਾ ਕੇਸ ਆ ਉਹਦੇ ਵਿਰੁੱਧ ਜਿਹੜਾ ਆ ਗੁਰਸੇਵਕ ਸਿੰਘ ਸਾਡਾ ਇੱਕ ਗਵਾਹ ਵੀ ਸੀ, ਉਹਨੇ ਗਵਾਹੀਆਂ ਵੀ ਦਿੱਤੀਆਂ, ਉਹਦੇ ਕੇਸ ਦੇ ਸੰਬੰਧ ਵਿੱਚ ਪੈਰ ਵਹੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਿਹੜਾ ਆ ਉਹ ਯਤਨ ਕਰੂਗੀ ਤਾਂ ਕਿ ਉੱਥੇ ਜਿਹੜੀ ਇਹ ਕੇਸ ਦੀ ਪੈਰ ਵਹੀ ਤੋਂ ਇਹ ਰਹਿ ਨਾ ਜਾਵੇ। ਦੂਸਰਾ ਇੱਕ ਜਿਹੜਾ ਆ ਪਿਛਲੇ ਦਿਨਾਂ ਵਿੱਚ ਜਗਦੀਸ਼ ਟਾਈਟਲਰ ਜਿਹਨੂੰ ਦਿੱਲੀ ਦੇ ਵਿੱਚ ਉਹ ਦਿੱਲੀ ਦੇ ਜਿਹੜੀ ਨਸਲਕੁਸ਼ੀ ਦੇ ਵਿੱਚ ਉਹਨਾਂ ਕੇਸਾਂ ਦੇ ਵਿੱਚ ਕਾਲ ਕੀਤਾ ਸੀ, ਉਸ ਕੇਸ ਦੀ ਪੈਰਵੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ। ਦਿੱਲੀ ਵਾਲੇ ਤਾਂ ਹੱਥ ਖੜ੍ਹੇ ਕਰ ਗਏ, ਹੁਣ ਅੱਖ ਖੁੱਲ੍ਹੀ ਆ, ਜਿਹਲੇ ਬੇਲ ਹੋ ਗਏ ਵੀ ਅਸੀਂ ਜਾਵਾਂਗੇ ਹਾਈਕੋਰਟ 'ਚ। ਉਹ ਵੀ ਅਸੀਂ ਫੈਸਲਾ ਕੀਤਾ ਵੀ ਉਹ ਜਿਹੜੀ ਸਾਡੀ ਬੀਬੀ ਲਖਵਿੰਦਰ ਕੌਰ ਜਿਹੜੀ ਇਸ ਕੇਸ ਦੀ ਆਈ ਵਿਟਨੈਸ ਆ ਉਹਨੂੰ ਇਨਸੈਂਟਿਵ ਵੀ ਦੇਵਾਂਗੇ ਤਾਂ ਕਿ ਵਿਚਾਰੀ ਦਾ ਉਹਦਾ ਕੋਈ ਸਾਧਨ ਨਹੀਂ ਰੋਜ਼ੀ ਰੋਟੀ ਦਾ, ਅਤੇ ਉਹਦੇ ਕੇਸ ਦੀ ਪੈਰਵੀ ਵੀ ਹਾਈਕੋਰਟ 'ਚ ਵੀ ਕਰਾਂਗੇ। ਅਸੀਂ ਪਹਿਲਾਂ ਲੋਅਰ ਕੋਰਟ ਦੇ ਵਿੱਚ ਵੀ ਥਰਡੀ ਕੋਰਟ ਦੇ ਵਿੱਚ ਵੀ ਉਹਦੀ ਪੈਰਵੀ ਕੀਤੀ ਆ, ਇਹ ਵੀ ਅੱਜ ਜਿਹੜਾ ਆ ਸਾਡਾ ਚੇਚੇ ਤੌਰ 'ਤੇ ਇੱਕ ਜਿਹੜਾ ਆ ਉਹ ਸਾਡਾ ਫੈਸਲਾ ਹੋਇਆ। ਸੋ ਜਿਹੜੀ ਸਭ ਤੋਂ ਵੱਡੀ ਇੱਕ ਸਿੱਖ ਪਰੰਪਰਾਵਾਂ ਨੂੰ ਸੱਟ ਮਾਰਨ ਦੀ ਅੱਜ ਕੋਝੀ ਯਤਨ ਕੀਤੀ ਜਾ ਰਹੀ ਆ ਉਹ ਆ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਇਹ ਯਤਨ ਕਰਨਾ ਕਿ ਸੱਚਖੰਡ
श्री हजूर अबचल नगर नंदेड़ उत्थे जिहड़ा इन्हें प्रशासक लाया वह प्रशासक जिहड़ा आ वह गैर सिख ला दिता गया। पहला डॉक्टर पसरीजा लगे सी सानू इस गल की तसली सी कि सिख के तौर पर पहला भी उत्थे सेवा निभाते रहे ते मैं सी समझदे भी ये ताकत की माण मर्यादा तो उस मर्यादा की भी उलंघना आ क्योंकि वो पवित्र ताकत सचखंड श्री हजूर साहब जिथों सतगुरु जी ने गुरता गद्दी बख्शिश की धन धन साहब श्री गुरु ग्रंथ साहब महाराज जी ने वो स्थान है जिथों सतगुरु जी ने आप सचखंड बयाना किया ज्योति जोत समाए। सो ये असी समझते हैं भी महाराष्ट्र की सरकार वालों गैर सिख प्रबंधक ला के ये मर्यादा का उलंघन नहीं किया सिख मसलियां दे विच सीधी दखलदाजी की आ ते श्रोमणी गुरद्वारा प्रबंधक कमेटी महाराष्ट्र की सरकार नूं पहला असी ईमेल चिट्ठी भी लिख चुके हैं अज एग्जैक्टिव ने भी ये फैसला किया कि ये फैसला तुरंत वापस लिया जाए क्योंकि इस फैसले दे नाल समुचा सिख भाईचारा जिहड़ियां उहदियां फीलिंग्स आ वो इंजर हो जाए। तो मैं एक सवाल होर भी करदा वो मैं करनी तां गल बाद दे विच सी भई ये एक साढ़े घट गिणती कमीशन बनिया आ जिहदी अजकल तर्जमानी सरदार इकबाल सिंह लालपुरा करदे आ ते सरदार इकबाल सिंह लालपुरा उन्होंने घट गिणतियां दे चाहे धार्मिक मुद्दों नूं छड्ड के बाकी मुद्दे जिते मनोरिटी नाल कोई धक्का हुंदा वह उन्होंने देखने हुंदे आ पर शायद उन्होंने मैं समझदा जिहड़ी भार ही इन्ना आ भी बोल नहीं सके भी जिते ये घट गिणतियां दा क्योंकि ताकत आ पवित्र सिखां दा ताकत आ उस गल ते भी बोलना चाहीदा सी ते बोल किहड़ी गल ते रहे आ। मैं तो इस गल ते बड़ा महसूस करदा शर्मशार होना कि तुसी बतौर सिख वह भी अमृतधारी के तौर पर तुसी अज घट गिणती कमीशन के चेयरमैन आ ते तुसी कार्ज किहड़े करदे आ कि मणिपुर के घट गिणतियां नाल धक्का होया कोई नोट्स लिया तुसी कोई जाके उत्थे कोई उहदे बारे पुछ पड़ताल की कोई जां तुसी कदे जम्मू कश्मीर के उत्थे कदे कोई धक्का होया जाके कदे कोई पुछ पड़ताल की कोई तुसी एक सरकार दे बुलारे बन के रह चुके हैं ते आ हुण बड़ा छेती जतन होया कि साढ़े ही कुछ वीर साढ़े एक एग्जैक्टिव मैंबर भी सी इत्थों उहदा अज लिख के दे गए आ उन्हें अपनी जिहड़ी अहसास भी कर लिया कि मैं गलत होया मेतों ये काम ते वह जिहड़ी एप्लीकेशन बड़ी छेती टेकअप की कि जी उत्थे कोठी सीगी आनंदपुर साहब जिहदे विच कपड़ेबाजी हो गई वड्डी तो वह पंजाब के चीफ सैकटरी एप्लीकेशन मार करती। श्रोमणी गुरद्वारा प्रबंधक कमेटी पूछना चाहती आ कि तुसी उत्थे दे नैशनल मनोरिटी कमीशन के तुसी चेयरमैन आ तुसी इहदे बारे पता तो कर लेंदे भी ये मामला है कि श्रोमणी गुरद्वारा प्रबंधक कमेटी के जिहड़े साडे बजुर्ग आ उन्हां दी बड़ी सूझबूझ मैं तो दात दिना उन्होंने नमस्कार करदा हमेशा उन्हें सिख जुडिशियल कमीशन भी नाल बना दिता फिर किसी नूं भी कोई तकलीफ आ 125 का कोर्ट फीस लाओ तो लिख के उत्थे केस पा दिओ वह सिख जुडिशियल कमीशन जिहड़ा किसी मैंबर के खिलाफ किसी अधिकारी के खिलाफ पाउणी आ ते वह उत्थे एक पटीशन पै गई वह पटीशन का फैसला भी सिख जुडिशियल कमीशन ने कर दिता कि यह जिहड़ा 2.5 करोड़ रुपया वह उस वेले दे जिहड़े इनवॉल्व इंपलॉई सीगे उन्हां नूं पा दिता गया जिहदी उन्होंने अपील पेंडिंग आ हाई कोर्ट के मैटर सब जुड़े से ते फैसला जुडिशियल कमीशन का तो उहदी अपील हाई कोर्ट च आ ते फिर आपां उह इनक्वायरी हुण किहड़ी करवाउणी चाहुंदे आ कि लोकां दे कहे कहाए ते सिखां दे हुण अंदरले मामलियां दे विच भी दखलदाजी करोगे घट गिणती नूं तां प्रोटेक्ट तुसीं की करना तख्त साहब दे उत्थे एडमिनिस्ट्रेटर लाया उत्थे तां तुसीं बोले नहीं ते जे श्रोमणी कमेटी दी कोई गल आ गई उत्थे बड़ी तेजी नाल बोल रहे आ। ये मेरा कहण तों भाव बीजेपी नूं भी मैं ये कहना चाहना कि सिखां नूं थवातों बहुत दूर कर रहा है मनुख तुसी ये मनोरिटी कमीशन बनाया पर इहदे जो सिलसिले चल रहे आ
ਉਹ ਸਿੱਖਾਂ ਤੋਂ ਤੁਹਾਨੂੰ ਦੂਰ ਕਰ ਰਿਹਾ, ਤੁਹਾਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ। ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਕਿ ਆਇਆ ਜਿਹੜਾ ਮਨਿਓਰਟੀ ਕਮਿਸ਼ਨ ਦਾ ਚੇਅਰਮੈਨ ਆ, ਉਹਨੇ ਮਨਿਓਰਟੀ ਨੂੰ ਪ੍ਰੋਟੈਕਟ ਕਰਨਾ ਜਾਂ ਮਨਿਓਰਟੀ ਨੂੰ ਜਿਹੜਾ ਆ ਉਹਨੂੰ ਡਿਸਟਰੋਏ ਕਰਨਾ। ਸੋ ਇਹ ਵੀ ਸਾਡਾ ਅੱਜ ਸੀਗਾ ਕਿ ਇਹੋ ਜਿਹੜਾ ਇੱਦਾਂ ਦਾ ਚੇਅਰਮੈਨ ਸਾਹਿਬ ਹੋਣ ਦੇ ਨਾਤੇ ਜਿਹੜਾ ਇਹ ਕਾਰਜ ਕਰ ਰਹੇ ਆ, ਇਹਦੀ ਵੀ ਅਸੀਂ ਬਹੁਤ ਜ਼ੋਰ ਨਾਲ ਜਿਹੜੀ ਆ ਉਹ ਵਿਰੋਧ ਕਰਦੇ ਹਾਂ। ਸੋ ਬਾਕੀ ਜਿਹੜਾ ਦਿੱਲੀ ਵਾਲਾ ਸੀਗਾ ਉਹ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਸ ਕੇਸ ਦੀ ਪੈਰਵਾਈ ਵੀ ਅਸੀਂ ਕਰਾਂਗੇ। ਅੱਜ ਮੈਨੂੰ ਇੱਕ ਹੋਰ ਕਾਰਜ ਵੀ ਅਸੀਂ ਬੈਠ ਕੇ ਲੰਬਾ ਡਿਸਕਸ ਕੀਤਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਲੇ ਕਿਉਂ ਸਾਰੇ ਹੋਇਓ ਆ। ਅੱਜ ਹਰ ਇੱਕ ਚੈਨਲ ਮੈਂ ਕਿਸੇ ਨੂੰ ਨਿੰਦਦਾ ਨਹੀਂ, ਕਿਉਂਕਿ ਮੀਡੀਆ ਦਾ ਯੁੱਗ ਆ, ਹਰ ਇੱਕ ਨੂੰ ਅਧਿਕਾਰ ਆ। ਅਤੇ ਅੱਜ ਮੈਨੂੰ ਮਹਿਸੂਸ ਹੁੰਦਾ ਉਹ ਸਮਾਂ ਪੁਰਾਣਾ ਜਿਸ ਵੇਲੇ ਖਾੜਕੂ ਲਹਿਰ ਚੱਲਦੀ ਸੀ, ਉਸ ਵੇਲੇ ਇੱਦਾਂ ਦੇ ਪ੍ਰਸ਼ਾਸਕਾਂ ਨੇ ਉਹਦੇ ਵਿੱਚ ਘੁਸਪੈਠ ਕਰਵਾ ਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਤਾ। ਜਵਾਨੀ ਸਾਡੀ ਜਿਨ੍ਹਾਂ ਨੇ ਪੰਜਾਬ ਦੀ ਅਗਵਾਈ ਕਰਨੀ ਸੀ ਉਹ ਸ਼ਹੀਦੀਆਂ ਪਾ ਗਏ। ਬੜਾ ਵੱਡਾ ਇਕਨੋਮਿਕ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।